ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਦਵਿੰਦਰ ਸਿੰਘ ਬੈਨੀਪਾਲ ਅੱਜ ਇੱਕ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜੀ ਕੈਨੇਡੀਅਨ ਲੋਕਾਂ ਦੀ ਪ੍ਰਤੀ ਹੈ, ਕੈਨੇਡੀਅਨ ਲੋਕਾਂ ਦੀ ਸੋਚ ਦੇ ਪ੍ਰਤੀ ਹੈ ਅਤੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੈ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਭਵਿੱਖ ਸੁਨਹਿਰਾ ਹੋਵੇ, ਉਹ ਕਿਸੇ ਚੰਗੇ ਮੁਲਕ ਵਿੱਚ ਜਾਵੇ। ਇਸੇ ਕਰਕੇ ਬਹੁਤੇ ਲੋਕ ਕੈਨੇਡਾ ਨੂੰ ਆਪਣਾ ਘਰ ਚੁਣਦੇ ਨੇ। ਕੈਨੇਡਾ ਇੱਕ ਪ੍ਰਵਾਸੀਆਂ ਦਾ ਮੁਲਕ ਹੈ। ਕੋਈ ਆਪ ਆਇਆ, ਕਿਸ ਦਾ ਮਾਂ ਬਾਪ ਆਇਆ, ਕਿਸ ਦੇ ਦਾਦੇ ਪੜਦਾਦੇ ਆਏ, ਭਾਵ ਇਮੀਗ੍ਰੈਂਟਸ ਦਾ ਮੁਲਕ ਹੈ ਕੈਨੇਡਾ। ਜਦੋਂ ਅੱਜ ਗੱਲ ਚੱਲੀ ਹੈ ਕਿ ਬਾਹਰਲੇ ਮੁਲਕਾਂ ਤੋਂ ਲੋਕ ਆਉਣ, ਉਹਨਾਂ ਦੀ ਆਮਦ ਕਿੰਨੀ ਕੁ ਹੋਵੇ, ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਇਸ ਸਰਵੇ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤੇ ਇਸੇ ਤਰ੍ਹਾਂ ਦਾ ਸਰਵੇ ਇੱਕ ਬੀਤੇ ਫਰਵਰੀ ਮਹੀਨੇ ਵੀ ਕੀਤਾ ਗਿਆ ਸੀ। ਜਦੋਂ ਫਰਵਰੀ ਮਹੀਨੇ ਸਰਵੇ ਹੋਇਆ, ਉਸ ਵਿੱਚ ਲਗਭਗ 50% ਲੋਕ ਇਸ ਗੱਲ ਨਾਲ ਸਹਿਮਤ ਸਨ ਕਿ ਲੋਕ ਆਉਣੇ ਚਾਹੀਦੇ ਨੇ, ਇਹ ਠੀਕ ਹੈ ਗਿਣਤੀ। ਤੇ ਅੱਧੇ ਕਹਿੰਦੇ ਸਨ ਕਿ ਨਹੀਂ, ਇਹ ਜ਼ਿਆਦਾ, ਭਾਵ ਵੰਡੀ ਹੋਈ ਰਾਇ ਸੀ, ਲਗਭਗ ਅੱਧੇ ਅੱਧੇ ਲੋਕ ਸਨ। ਤੇ ਜਿਹੜਾ ਬੀਤੇ ਹਫ਼ਤੇ ਇਸ ਤਰ੍ਹਾਂ ਦਾ ਇੱਕ ਸਰਵੇ ਕੀਤਾ ਗਿਆ, ਉਸ ਦੇ ਵਿੱਚ ਹੈਰਾਨੀਜਨਕ ਅੰਕੜੇ ਆਏ ਨੇ। 63% ਲੋਕ ਇਹ ਮਹਿਸੂਸ ਕਰਦੇ ਨੇ ਕੈਨੇਡੀਅਨ ਕਿ ਲੋਕ ਜ਼ਿਆਦਾ ਗਿਣਤੀ ਵਿੱਚ ਆ ਰਹੇ। ਤੇ ਇਸ ਮੁੱਦੇ ਦੇ ਉੱਤੇ ਵੱਖੋ ਵੱਖ ਪਾਰਟੀਆਂ ਦੇ ਹਮਾਇਤੀਆਂ ਦੀ ਰਾਏ ਵੀ ਵੰਡੀ ਹੋਈ ਸੀ। ਕੰਜ਼ਰਵੇਟਿਵ ਪਾਰਟੀ, ਐਂਡਰੂਸ਼ੀਅਰ ਵਾਲੀ ਪਾਰਟੀ ਜਿਸ ਨੂੰ ਟੋਰੀ ਪਾਰਟੀ ਵੀ ਕਿਹਾ ਜਾਂਦਾ ਹੈ, ਉਸ ਤੇ ਹਮਾਇਤੀ ਸਿਰਫ 19% ਇਹ ਗੱਲ ਮਹਿਸੂਸ ਕਰਦੇ ਨੇ ਕਿ ਲੋਕਾਂ ਦਾ ਆਉਣਾ ਬਣਦਾ ਹੈ। ਗ੍ਰੀਨ ਪਾਰਟੀ ਦੇ ਹਮਾਇਤੀ 43% ਨੇ ਜਿਹੜੇ ਕਹਿੰਦੇ ਨੇ ਕਿ ਇਹ ਗਿਣਤੀ ਠੀਕ ਹੈ। NDP ਪਾਰਟੀ ਦੇ ਹਮਾਇਤੀ 56% ਕਹਿੰਦੇ ਨੇ ਕਿ ਇਹ ਗਿਣਤੀ ਠੀਕ ਹੈ, ਜਦੋਂ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਜਸਟਿਨ ਟਰੂਡੋ ਵਾਲੀ ਪਾਰਟੀ, ਲਿਬਰਲ ਪਾਰਟੀ, ਉਸਦੇ ਹਮਾਇਤੀ ਸਭ ਤੋਂ ਵੱਡੀ ਗਿਣਤੀ ਵਿੱਚ ਨੇ। ਜਿਹੜੇ ਅੱਜ ਵੀ ਚਾਹੁੰਦੇ ਨੇ ਕਿ ਲੋਕ ਆਉਣ, ਉਹ 59% ਲੋਕ, ਪਰ ਸਭ ਤੋਂ ਘੱਟ ਗਿਣਤੀ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀ ਨੇ, ਜਿਹੜੇ ਸਿਰਫ 19% ਜਿਹੜੇ ਚਾਹੁੰਦੇ ਨੇ ਕਿ ਨਹੀਂ, ਇਸ ਗਿਣਤੀ ਵਿੱਚ ਹੋਰਨਾਂ ਮੁਲਕਾਂ ਤੋਂ ਲੋਕ ਇਸ ਮੁਲਕ ਵਿੱਚ ਆਉਣੇ ਨਹੀਂ ਚਾਹੀਦੇ। ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਅੰਕੜੇ ਨੇ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇਕਰ ਕੈਨੇਡਾ ਸਰਕਾਰ ਬਾਹਰਲੇ ਮੁਲਕਾਂ ਤੋਂ ਕਾਮੀ ਜਾਂ ਪ੍ਰਵਾਸੀਆਂ ਨੂੰ ਸੱਦਦੀ ਹੈ, ਉਹਨਾਂ ਨੂੰ ਇਮੀਗ੍ਰੇਸ਼ਨ ਦਿੰਦੀ ਹੈ, ਤਾਂ ਕੋਈ ਤੋਹਫ਼ਾ ਨਹੀਂ, ਕੈਨੇਡਾ ਦੀ ਸਗੋਂ ਆਪਣੀ ਇੱਕ ਵੱਡੀ ਜ਼ਰੂਰਤ ਹੈ। ਕੈਨੇਡਾ ਦੇ ਵਿੱਚ ਆਬਾਦੀ ਦੀ ਦਰ ਬਹੁਤ ਘੱਟ ਹੈ। ਸਾਡਾ ਗੁਆਂਢੀ ਮੁਲਕ ਜੇਕਰ ਅਸੀਂ ਅਮੈਰੀਕਾ ਲੈ ਲਈਏ, ਕੈਨੇਡਾ ਨਾਲੋਂ ਕਿਤੇ ਛੋਟਾ ਮੁਲਕ ਹੈ, ਪਰ ਆਬਾਦੀ ਲਗਭਗ 10 ਗੁਣਾ ਜ਼ਿਆਦਾ, 350 ਮਿਲੀਅਨ। ਜੇਕਰ ਅਸੀਂ ਕੈਨੇਡਾ ਇੱਕ ਵਿਸ਼ਾਲ ਮੁਲਕ, ਇਸ ਦੀ ਆਬਾਦੀ ਦੀ ਗੱਲ ਕਰੀਏ, ਤਾਂ ਸਿਰਫ 37 ਜਾਂ 38 ਮਿਲੀਅਨ ਆਬਾਦੀ ਹੈ, ਬਹੁਤ ਥੋੜ੍ਹੀ ਆਬਾਦੀ ਹੈ। ਪਰ ਇਸ ਦੇ ਨਾਲ ਕੈਨੇਡਾ ਸਰਕਾਰ ਨੂੰ ਪੋਲਿਸੀ ਬਣਾਉਂਦੇ ਸਮੇਂ ਇੱਕ ਖਾਸ ਧਿਆਨ ਰੱਖਣ ਦੀ ਜ਼ਰੂਰਤ ਵੀ ਹੈ। ਉਹ ਇਹ ਕਿ ਅਸੀਂ GTA ਭਾਵ ਗ੍ਰੇਟਰ ਟੋਰਾਂਟੋ ਏਰੀਆ ਵੇਖੀਏ, ਬਹੁਤ ਸਾਰੇ ਲੋਕ ਉੱਥੇ ਰਹਿਣਾ ਪਸੰਦ ਕਰਦੇ ਆ। ਲੋਅਰ ਮੇਨਲੈਂਡ ਦੀ ਗੱਲ ਕਰੀਏ, ਵੈਨਕੂਵਰ ਏਰੀਆ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਇੱਥੇ ਰਹਿਣਾ ਪਸੰਦ ਕਰਦੇ ਆ। ਕੈਲਗਰੀ, ਐਡਮਿੰਟਨ, ਮੌਂਟਰੀਅਲ, ਵਿਨੀਪੈਗ, ਇਹ ਕੁਝ ਗਿਣੇ ਚੁਣੇ ਸ਼ਹਿਰ ਨੇ ਜਿੱਥੇ ਗਿਣਤੀ ਲਗਾਤਾਰ ਵੱਧ ਰਹੀ ਹੈ। ਪਰ ਰਿਮੋਟ ਏਰੀਆ ਬਹੁਤ ਸਾਰੇ ਥਾਂ ਇਸ ਤਰ੍ਹਾਂ ਨੇ ਜਿੱਥੇ ਕੋਈ ਰਹਿਣਾ ਪਸੰਦ ਨਹੀਂ ਕਰਦਾ, ਜਾਂ ਜਿੱਥੇ ਲੋਕ ਰਹਿੰਦੇ ਸਨ ਉੱਥੋਂ ਲੋਕ ਮੂਵ ਹੋ ਕੇ ਹੋਰਨਾਂ ਥਾਵਾਂ 'ਤੇ ਚਲੇ ਜਾਂਦੇ ਨੇ। ਜੇਕਰ ਇਮੀਗ੍ਰੇਸ਼ਨ ਦੀ ਪੋਲਿਸੀ ਬਣਾਉਂਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਬਰਾਬਰ ਵੰਡ ਹੋਵੇ, ਲੋਕ ਉਹਨਾਂ ਥਾਵਾਂ 'ਤੇ ਜਾ ਕੇ ਰਹਿਣ, ਉੱਥੇ ਰੁਜ਼ਗਾਰ ਦੇ ਮੌਕੇ ਵਧਣਗੇ, ਉੱਥੇ ਦੀ ਇਕੋਨਮੀ ਵਧੇਗੀ। ਸੋ ਇਹਨਾਂ ਕੁਝ ਗੱਲਾਂ ਦਾ ਅੱਜ ਮੈਂ ਤੁਹਾਡੇ ਨਾਲ ਇਜ਼ਹਾਰ ਕਰਨਾ ਚਾਹੁੰਦਾ ਸੀ ਕਿ ਨਵਾਂ ਸਰਵੇ ਕੀ ਕਹਿੰਦਾ ਹੈ, ਕਿਹੜੀਆਂ ਲੋਕ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਪ੍ਰਤੀ ਕੀ ਸੋਚ ਰੱਖਦੇ ਹਨ। ਸੋ ਉਮੀਦ ਹੈ ਕਿ ਤੁਹਾਨੂੰ ਇਹ ਕੁਝ ਅੰਕੜੇ ਚੰਗੇ ਲੱਗੇ ਹੋਣਗੇ, ਰਿਪੋਰਟ ਚੰਗੀ ਲੱਗੀ।